ਸਪਾਸ ਜਿਹੜੇ ਜੰਮੇ ਹੋਏ ਨੇ ਨਾ ਅਰਪਣੇ ਲਾਸਟ ਪੀੜੀ ਹੋਏਗੀ ਜਿਨ੍ਹਾਂ ਨੇ ਆਪਣੇ ਮਾਪੇ ਤੋਂ ਵੀ ਝੜਕਾ ਖਾਧੀਆਂ ਔਰ ਅੱਗੋਂ ਬੱਚਿਆਂ ਤੋਂ ਝੜਕਾ ਖਾਂਦੇ ਨੇ ਤੇ ਹੌਲੀ-ਹੌਲੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੇਰੈਂਟਸ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰ ਰਹੇ ਨੇ ਕਿ ਬਜਾਏ ਇਹ ਦੇ ਕਿ ਤੁਸੀਂ ਕਿਸੇ ਤੇ ਬੋਝ ਬਣੋ ਜਾਂ ਆਪਣਾ ਪੀਸ ਆਫ ਮਾਈਂਡ ਖਰਾਬ ਕਰੋ ਬੱਚਿਆਂ ਦਾ ਕਰੋ ਉੱਥੇ ਰਹਿ ਲੋ ਹਾਈ ਕਲਾਸ ਫੈਮਲੀਆਂ ਦੇ ਜਿਹੜੇ ਬਜ਼ੁਰਗ ਨੇ ਉਹ ਉੱਥੇ ਨੇ ਔਰ ਉੱਥੇ ਜਿਹੜੀਆਂ ਫੈਸਿਲਿਟੀਆਂ ਦੇ ਰਹੇ ਨੇ ਮੈਨੂੰ ਲੱਗਦਾ ਉਹ ਘਰ ਨਾਲੋਂ ਵੀ ਬੈਟਰ ਨੇ ਤੇ ਮੈਨੂੰ ਲੱਗਦਾ ਕਿ ਜੇ ਇਹੋ ਜਿਹੀ ਵੀ ਲਾਈਫ ਹੋਵੇ ਤੇ ਉਹ ਘਰਾਂ ਦੇ ਵਿੱਚ ਤੰਗ ਹੋਣ ਨਾਲੋਂ ਜਾਂ ਇਕੱਲੇ ਰਹਿਣ ਨਾਲੋਂ ਜ਼ਿੰਮੇਵਾਰੀ ਬਹੁਤ ਹੁੰਦੀ ਘਰ ਚਲਾਉਣ ਵਾਸਤੇ ਇੱਕ ਸਟੇਜ ਤੇ ਆ ਕੇ ਤੁਹਾਨੂੰ ਸਮਾਨ ਇਕੱਠਾ ਕਰਨਾ ਸਰਵੈਂਟਸ ਦਾ ਰੱਖਣਾ ਜਿਵੇਂ ਦੇ ਹਾਲਾਤ ਨੇ ਸਰਵੈਂਟ ਮਰਡਰ ਕਰ ਰਹੇ ਨੇ ਹੂੰ ਤੇ ਉਹ ਸੇਫ ਹੈ ਸੇਫਟੀ ਤੁਹਾਨੂੰ ਮਿਲਦੀ ਹੈ ਉੱਥੇ ਬਿਲਕੁਲ ਉਦੋਂ ਜਿਹੜਾ ਸਮਾਜ ਚੱਲਦਾ ਸੀ ਜਾਂ ਪਰਿਵਾਰ ਚੱਲਦੇ ਸੀ ਉਹ ਦਿਲ ਨਾਲ ਚੱਲਦੇ ਸੀ ਉਹਦਾ ਦਿਮਾਗ ਜਿਹੜੇ ਸੀਗੇ ਨਾ ਉਹ ਇੰਨੇ ਤਿੱਖੇ ਨਹੀਂ ਸੀ ਚੱਲਦੇ ਗਲੋਬਲ ਪਿੰਡ ਬਣ ਗਿਆ ਹੂੰ ਬੱਚੇ ਜਿਹੜੇ ਸੀ ਉਹ ਸਾਡੇ ਤੋਂ ਬਹੁਤ ਅੱਗੇ ਭੱਜ ਗਏ ਤੇਜ਼ੀ ਦੇ ਨਾਲ ਹੂੰ ਮਾਪੇ ਜਿਹੜੇ ਸੀ ਉਹ ਨਹੀਂ ਭੱਜ पाए ਬੱਚੇ ਜਿਹੜੇ ਨੇ ਉਹ ਵੈਸਟਰਨ ਤੋਂ ਬਹੁਤ ਕੁਝ ਸਿੱਖ ਰਹੇ ਨੇ ਉਹ ਉਵੇਂ ਦੀ ਆਜ਼ਾਦੀ ਉਵੇਂ ਦੇ ਵਿਚਾਰ ਉਵੇਂ ਦਾ ਰੈਂਡ ਸੈਨ ਜਿੰਨਾ ਕਮਾਇਆ ਉਨਾ ਖਾ ਲਓ ਜਿੰਨਾ ਕਮਾਇਆ ਉਨਾ ਖਰਚ ਲਓ ਜਿਹੜਾ ਜੇ ਹੱਥ 'ਚ ਲੱਖ ਦਾ ਤੁਹਾਡੇ ਕੋਲ ਮੋਬਾਈਲ ਹੈ ਤੇ ਤੁਹਾਡਾ ਸਟੇਟਸ ਹੈ ਜੇ ਤੁਹਾਡੇ ਕੋਲ ਲੱਖ ਦਾ ਮੋਬਾਈਲ ਹੈ ਨਹੀਂ ਤੁਸੀਂ ਆਪਣੇ ਆਪ ਨੂੰ ਹੀ ਕੰਪਲੈਕਸ ਦੇ ਵਿੱਚ ਲੈ ਜਾਂਦੇ ਹੋ ਕਿ ਮੈਂ ਸਮਾਜ ਦੇ ਵਿੱਚ ਜਾਂ ਆਪਣੇ ਕਲੀਅਸ ਦੇ ਵਿੱਚ ਮੈਂ ਕਿਸੇ ਤੋਂ ਘਟਿਆ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹਦੀ ਸੋਚ ਇਹ ਹੈਗੀ ਅਸੀਂ ਮਾਡਰਨ ਰਹੀਏ ਅਸੀਂ ਆਜ਼ਾਦ ਰਹੀਏ ਅਸੀਂ ਇਕੱਲੇ ਰਹੀਏ ਸਾਡੇ ਕੋਲ ਪੇਰੈਂਟਸ ਜਿਹੜੇ ਨੇ ਉਹ ਬੋਝ ਨੇ ਜੇ ਅਸੀਂ ਆਪਣੇ ਘਟ ਪੜੇ ਮਾਪੇ ਨੂੰ ਨਾਲ ਰੱਖਦੇ ਆ ਤੇ ਸਾਡੀ ਬੇਇੱਜ਼ਤੀ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਫਖਰ ਹੋਣਾ ਚਾਹੀਦਾ ਆ ਉਸ ਪੀੜ੍ਹੀ ਨੂੰ ਕਿ ਸਾਡੇ ਮਾਪੇ ਜਿਹੜੇ ਸੀਗੇ ਉਹ ਘੱਟ ਪੜੇ ਸੀਗੇ ਔਰ ਉਹਨਾਂ ਨੇ ਸਾਨੂੰ ਕਿੰਨੀ ਮਿਹਨਤ ਦੇ ਨਾਲ ਕਿੱਥੇ ਪਹੁੰਚਾਇਆ ਤਾਂ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਉਹ ਵੈਸਟਰਨ ਦਾ ਜਿਹੜਾ ਹੈ ਕਿ ਇਕੱਲੇ ਰੋ ਆਪਣਾ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਉਹ ਉਹਦੇ ਵਿੱਚ ਤੇ ਬਲੀਵ ਕਰਦੇ ਨੇ ਪਰ 18 ਸਾਲ ਤੋਂ ਬਾਅਦ ਆਪਣਾ ਖਰਚਾ ਆਪ ਚੁੱਕਣਾ ਉਹ ਡਾਈਜੈਸਟ ਨਹੀਂ ਕਰ ਰਹਾ ਹੈ ਕਿ ਰੋਜ਼ ਬਾਹਰੋਂ ਖਾਣਾ ਆਉਣਾ ਪੇਰੈਂਟਸ ਵਾਸਤੇ ਉਹ ਵੇਸਟੇਜ ਮਾਪੇ ਨੂੰ ਫਿਰ ਇੱਕ ਸਟੇਜ ਤੇ ਆ ਕੇ ਮੈਨੂੰ ਲੱਗਦਾ ਕਿ ਦਖਲ ਅੰਦਾਜ਼ੀ ਹੋਰ ਬੰਦ ਕਰ ਦੇਣੀ ਚਾਹੀਦੀ ਆ ਕਿ ਸਾਡੀ ਪੈਨਸ਼ਨ ਚਾਹੀਦੀ ਆ ਉਹ ਤੁਸੀਂ ਫਸਟ ਨੂੰ ਹੀ ਦੇ ਦਿਓ ਘਾਟ ਦਾ ਖਰਚਾ ਤੁਸੀਂ ਕਰੋ ਸਾਰਾ ਕੁਝ ਉਹਨਾਂ ਦੇ ਸਿਰ ਤੇ ਪਰ ਉਹ ਚਾਹ ਬਣਾਉਣੀ ਵੀ ਜਿਹੜੀ ਸੀਗੀ ਉਹਨਾਂ ਨੂੰ ਅਲਾਉ ਨਹੀਂ ਕਰਦੇ ਸੀ ਬੱਚੇ ਉੱਥੇ ਵੀ ਇਹਨਾਂ ਚੀਜ਼ਾਂ ਨੂੰ ਖੋਖਦੀ ਸੀ ਕਿਉਂਕਿ ਜਦੋਂ ਤੁਸੀਂ ਕੰਮ ਇਹੋ ਜਿਹਾ ਕਰਨ ਲੱਗ ਜਾਓ ਲਿਖਣ ਲੱਗ ਜਾਓ ਇਹ ਫਰਦੀਆਂ ਬਹੁਤ ਜਿਹੜੀ ਦੇਖਣੀ ਉਹ ਵੀ ਕਈ ਵਾਰੀ ਬਰੀਕ ਹੋ ਜਾਂਦੀ ਤੁਹਾਨੂੰ ਉਹ ਜੇ ਉਵੇਂ ਦੀਆਂ ਚੀਜ਼ਾਂ ਆਪੇ ਦੱਸਣ ਲੱਗ ਜਾਂਦੀਆਂ ਐਵੇਂ ਨਹੀਂ ਕਿਹਾ ਕਿ ਬਜ਼ੁਰਗ ਜਿਹੜੇ ਨੇ ਉਹ ਘਰਾਂ ਦੇ ਤਾਲੇ ਨੇ ਕਈ ਵਾਰੀ ਕੰਮ ਨਾ ਕਰਦੇ ਹੋਏ ਵੀ ਉਹ ਫਾਇਦੇ ਦੇ ਜਾਂਦੇ ਨੇ ਹਰ ਭਜਨ ਮਾਨ ਹੁਣਾਂ ਦਾ ਇੱਕ ਬਹੁਤ ਸੋਹਣਾ ਗੀਤ ਸੀ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਮਾਪੇ ਬਾਕੀਆ ਹੀ ਰਬਦੀ ਦਿੱਤੀ ਨਿਯਮਤ ਹੈਗੇ ਨੇ ਪਰ ਜਦੋਂ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤੇ ਹਰ ਰੋਜ਼ ਅਖਬਾਰ ਦੀਆਂ ਸੁਰਖੀਆਂ ਕੁਝ ਇਸ ਤੋਂ ਕਿਤੇ ਜ਼ਿਆਦਾ ਉਲਟ ਨੇ ਜਿਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਮਾਪਿਆਂ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਬੱਚੇ ਵਿਦੇਸ਼ ਨੇ ਮਾਪਿਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਤੇ ਕੁਝ ਤਾਂ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਕਈਆਂ ਦੀ ਨੀਂਦ ਵੀ ਉੱਡ ਜਾਂਦੀ ਹੈਗੀ ਕਿ ਬੰਦ ਘਰ ਦੇ ਵਿੱਚ ਬਜ਼ੁਰਗ ਮਾਂ ਦੀ ਮੌਤ ਹੋ ਗਈ ਤੇ ਪੁੱਤਰ ਨੂੰ 7 ਦਿਨਾਂ ਬਾਅਦ ਪਤਾ ਲੱਗਾ ਉਹ ਵੀ ਜਦ ਕਿਸੇ ਗਵਾਂਡੀ ਨੇ ਜਾ ਕੇ ਬੁਹਾ ਖੋਲਿਆ ਸੋ ਇਹ ਦੁਰਦਸ਼ਾ ਹੈ ਅੱਜ ਦੇ ਬਜ਼ੁਰਗਾਂ ਦੀ ਅੱਜ ਦੇ ਮਾਪਿਆਂ ਦੀ ਸੋ ਅੱਜ ਅਸੀਂ ਇਹਦੇ ਤੇ ਗੱਲ ਕਰਾਂਗੇ ਕਿਉਂਕਿ ਮੇਰੇ ਨਾਲ ਬੈਠੇ ਹੋਏ ਨੇ ਮੈਡਮ ਪ੍ਰਭਜੋਤ ਕੌਰ ਟਿੱਲੋ ਜੀ ਜਿਨ੍ਹਾਂ ਨੇ ਬਜ਼ੁਰਗਾਂ ਨੂੰ ਲੈ ਕੇ ਕਾਫੀ ਸਾਰਾ ਸਾਹਿਤ ਲਿਖਿਆ ਅਬਜ਼ੁਰਗਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਬਹੁਤ ਕੁਝ ਲਿਖਿਆ ਤੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਮੰਨਦੇ ਨੇ ਉਹ ਕਿ ਇੱਕ ਸਮਾਂ ਆਏਗਾ ਜਦੋਂ ਬਜ਼ੁਰਗ ਆਪ ਹੀ ਕਹਿਣਗੇ ਕਿ ਸਾਨੂੰ ਬਿਰਦਾ ਆਸ਼ਰਮ ਦੇ ਵਿੱਚ ਚਲੇ ਰਹਿਣਾ ਚਾਹੀਦਾ ਹੈਗਾ ਸੋ ਇਹੋ ਜਿਹਾ ਟਾਈਮ ਵੀ ਅਸੀਂ ਪੰਜਾਬ ਦੇ ਵਿੱਚ ਦੇਖਾਂਗੇ ਜਿੱਥੇ ਪਹਿਲੇ ਦਿਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਜਿੱਥੇ ਗੁਰਬਾਣੀ ਸਾਨੂੰ ਮਾਤਾ ਪਿਤਾ ਦੀ ਅਸੀਸ ਨੂੰ ਸਭ ਤੋਂ ਉੱਤਮ ਦੱਸਦੀ ਹੈਗੀ ਹੈ ਉਸ ਰਾਜ ਦੀ ਅਸੀਂ ਗੱਲ ਕਰ ਰਹੇ ਹੈਗੇ ਆ ਸੋ ਪਹਿਲਾਂ ਮੈਮ ਦਾ ਸਵਾਗਤ ਕਰਦੀ ਆਂ ਫਿਰ ਗੱਲਬਾਤ ਦਾ ਸੈਸਰ ਸ਼ੁਰੂ ਕਰਾਂਗੇ ਸੋ ਮੈਮ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ थैंक यू शुक्रिया ਮਿਹਰਬਾਨੀ ਜੀ ਸੋ ਜਿੱਦਾਂ ਅਸੀਂ ਗੱਲਾਂ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਅੱਜ ਅ ਬਜ਼ੁਰਗਾਂ ਨੂੰ ਲੈ ਕੇ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਹੈਨਾ ਕਿ ਬਰਦਾਸ਼ਰਮ ਦੇ ਵਿੱਚ ਜਾਣਾ ਉਹਨਾਂ ਨੂੰ ਆਪ ਹੀ ਲੱਗੂਗਾ ਵੀ ਇਹ ਆਮ ਜਿਹਾ ਹੋ ਜਾਣਾ ਚਾਹੀਦਾ ਸੋ ਮੈਂ ਚਾਹਨੀ ਆਪਾਂ ਇਹਦੇ ਤੇ ਥੋੜੀ ਜੀ ਜ਼ਰੂਰ ਗੱਲਬਾਤ ਕਰੀਏ ਤੁਹਾਡੇ ਆਸ-ਪਾਸੇ ਕਿੰਨੇ ਕਹਿੋ ਜੇ ਬਜ਼ੁਰਗ ਸੀਗੇ ਕਿੰਨੇ ਕਹਿੋ ਜੇ ਮਾਪੇ ਸੀਗੇ ਜਿਨ੍ਹਾਂ ਨੇ ਆਪਦੇ ਦੁੱਖ ਤੁਹਾਡੇ ਨਾਲ ਸਾਂਝੇ ਕੀਤੇ ਅ ਅਰਪਣ ਮੈਂ ਐਕਚੁਅਲੀ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਸੋਸ਼ਲ ਕੌਜ਼ ਤੇ ਲਿਖਣਾ ਸ਼ੁਰੂ ਕਰਤਾ ਹਮ ਲਿਖਦੇ ਲਿਖਦੇ ਮੇਰੇ ਕੋਲ ਅਜਿਹੇ ਫੋਨ ਆਉਣ ਲੱਗ ਗਏ ਜਿਨ੍ਹਾਂ ਨੇ ਆਪਣੀਆਂ ਤਕਲੀਫਾਂ ਦੱਸਣੀਆਂ ਸ਼ੁਰੂ ਕਰਤੀਆਂ ਜੀ ਕਿ ਮੈਮ ਅਸੀਂ ਇਸ ਤਕਲੀਫ ਦੇ ਵਿੱਚ ਆ ਅਸੀਂ ਪੈਨਸ਼ਨਰ ਹਾਂ ਪਰ ਸਾਡੇ ਨਾਲ ਘਰਾਂ ਦੇ ਵਿੱਚ ਆਫ਼ਤੀ ਰਹਾ ਹੁੰਦਾ ਕਿ ਸਾਡੀ ਪੈਨਸ਼ਨ ਚਾਹੀਦੀ ਆ ਉਹ ਤੁਸੀਂ ਫਰਸਟ ਨੂੰ ਹੀ ਦੇ ਦਿਓ ਘਾਟ ਦਾ ਖਰਚਾ ਤੁਸੀਂ ਕਰੋ ਸਾਰਾ ਕੁਝ ਉਹਨਾਂ ਦੇ ਸਿਰ ਤੇ ਪਰ ਉਹ ਚਾਹ ਬਣਾਉਣੀ ਵੀ ਜਿਹੜੀ ਸੀਗੀ ਉਹਨਾਂ ਨੂੰ ਅਲਾਉ ਨਹੀਂ ਕਰਦੇ ਸੀ ਬੱਚੇ ਇਨਡਾਇਰੈਕਟਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿ ਕਹਿਣ ਦਾ ਨਾਂ ਕਰਾਉਣ ਦਾ ਜਾਂ ਕਹਿਣ ਦਾ ਜਾਂ ਕਰਨ ਦਾ ਤਰੀਕਾ ਹੁੰਦਾ ਉਹਨਾਂ ਨੇ ਦੱਸਿਆ ਕਿ ਉਹ ਕਹਿੰਦੇ ਕਿ ਚਾਹ ਜ਼ਿਆਦਾ ਨਹੀਂ ਪੀਦੀ ਤੁਸੀਂ ਸਵੇਰੇ ਪੀਤੀ ਸੀਗੀ ਕਹਿੰਦੇ ਸਾਡਾ ਦਿਲ ਕਰਦਾ ਸੀ ਅਸੀਂ 11 11:30 ਵਜੇ ਪੀਏ ਸਾਨੂੰ ਉਹ ਵੀ ਨਹੀਂ ਸੀ ਇਜਾਜ਼ਤ ਹੁੰਦੀ ਕਿ ਅਸੀਂ ਪੀਏ ਹੂੰ ਇਦਾਂ ਕਰਦੇ ਕਰਦੇ ਮੇਰੇ ਕੋਲ ਬਹੁਤ ਫੋਨ ਕਾਲ ਆਉਣ ਲੱਗਦੀਆਂ ਸੋਸ਼ਲ ਮੀਡੀਆ ਵੀ ਅਸੀਂ ਦੇਖਦੇ ਜਿੱਦਾਂ ਤੁਸੀਂ ਗੱਲ ਕੀਤੀ ਭਰਿਆ ਪਿਆ ਆ ਸਾਡੇ ਆਸ-ਪਾਸ ਵੀ ਬਥੇਰੇ ਨੇ ਸੋ ਮੈਂ ਇਹਦੇ ਉੱਤੇ ਨਿਠ ਕੇ ਲਿਖਿਆ ਕਿਉਂਕਿ ਇਹੋ ਜਿਹਾ ਸਬਜੈਕਟ ਜਿਹੜੇ ਨੇ ਨਾ ਉਹ ਲਿਖਣ ਲਈ ਵੀ ਹਿੰਮਤ ਚਾਹੀਦੀ ਆ ਬਿਲਕੁਲ ਕਿਉਂਕਿ ਇਹਨਾਂ ਚੀਜ਼ਾਂ ਕੁਝ ਇੱਕ ਸਬਜੈਕਟ ਜਿਹੜੇ ਨੇ ਉਹਦੇ ਉੱਤੇ ਕੋਈ ਵੀ ਲੇਖਕ ਜਿਹੜਾ ਆ ਨਾ ਲਿਖਣ ਤੋਂ ਚੱਲਦਾ ਆ ਹੂੰ ਤੇ ਮੈਂ ਇਹਦੇ ਤੇ ਬਹੁਤ ਸ਼ਿੱਦਤ ਦੇ ਨਾਲ ਕਹਿ ਲਉ ਲਿਖਿਆ ਮੈਂ ਕਾਫੀ ਬਿਰਦਾ ਆਸ਼ਰਮ ਜਾ ਕੇ ਵੀ ਦੇਖੇ ਕਿ ਬਹੁਤ ਅੱਛੇ ਅੱਛੇ ਪੇਰੈਂਟਸ ਜਿਹੜੇ ਨੇ ਉੱਥੇ ਨੇ ਅੱਛਾ ਤੇ ਮੈਨੂੰ ਇਹ ਲੱਗਿਆ ਕਿ ਜੇ ਪੈਨਸ਼ਨ ਲੈਂਦੇ ਜਿਹੜੇ ਪੇਰੈਂਟਸ ਨੇ ਜੇ ਉਹਨਾਂ ਦੀ ਇਹ ਹਾਲਤ ਆ ਹੂੰ ਤੇ ਜਿਹੜੇ ਮਾਪੇ ਜਿਨ੍ਹਾਂ ਦੇ ਕੋਲ ਕੋਈ ਸੋਰਸ ਆਫ ਇਨਕਮ ਨਹੀਂ ਹੈ ਜੋ ਉਹਨਾਂ ਨੇ ਕਮਾਇਆ ਉਹਨਾਂ ਨੇ ਆਪਣੇ ਬੱਚਿਆਂ ਤੇ ਲਗਾ ਦਿੱਤਾ ਉਹਨਾਂ ਦੇ ਕੋਲ ਬਚਿਆ ਹੀ ਨਹੀਂ ਆਪਣੇ ਜੋਗਾ ਤੇ ਜਿਨ੍ਹਾਂ ਨੇ ਇੱਕ ਪੈਰਾਸਟਮ ਮੋਲ ਦੇ ਗੋਲੇ ਵੀ ਲੈਣੀ ਆ ਜਾਂ ਕੋਈ ਛੋਟੀ ਤੋਂ ਛੋਟੀ ਚੀਜ਼ ਵੀ ਲੈਣੀ ਉਹ ਆਪਣੇ ਬੱਚਿਆਂ ਦੇ ਕੋਲੋਂ ਪੈਸਾ ਲੈਣਾ ਤੇ ਉਹਨਾਂ ਦੀ ਕੰਡੀਸ਼ਨ ਕੀ ਹੁੰਦੀ ਹੋਏਗੀ ਬਿਲਕੁਲ ਤੇ ਉਹ ਫਿਰ ਮੈਂ ਜਦੋਂ ਪਿੰਟ ਜਾਂਦੀ ਸੀ ਮੈਂ ਬਹੁਤ ਵਾਰੀ ਉੱਥੇ ਵੀ ਨਾ ਚੀਜ਼ਾਂ ਨੂੰ ਖੋਖਦੀ ਸੀ ਕਿਉਂਕਿ ਜਦੋਂ ਤੁਸੀਂ ਕੰਮ ਇਹੋ ਜਿਹਾ ਕਰਨ ਲੱਗ ਜਾਓ ਲਿਖਣ ਲੱਗ ਜਾਓ ਤੇ ਫਿਰ ਤਾਂ ਦੀਆਂ ਬਹੁਤ ਜਿਹੜੀ ਦੇਖਣੀ ਉਹ ਵੀ ਕਈ ਵਾਰੀ ਬਰੀਕ ਹੋ ਜਾਂਦੀ ਤੁਹਾਨੂੰ ਉਹ ਜੇ ਉਹਵੇਂ ਦੀਆਂ ਚੀਜ਼ਾਂ ਆਪੇ ਦੱਸਣ ਲੱਗ ਜਾਂਦੀਆਂ ਬਿਲਕੁਲ ਤੇ ਜਦਾਂ ਤੁਸੀਂ ਲਿਖਦੇ ਹੁੰਦੇ ਹੋ ਤਾਂ ਲੋਕ ਤੁਹਾਨੂੰ ਦੱਸਣ ਲੱਗ ਜਾਂਦੇ ਨੇ ਜੀ ਸੋ ਜਿਵੇਂ ਹੈਨਾ ਤੁਸੀਂ ਗੱਲ ਕਰ ਰਹੇ ਸੀ ਵੀ ਹੈਨਾ ਫਿਰ ਅਸੀਂ ਉਸ ਨਜ਼ਰੀਏ ਨਾਲ ਦੇਖਣ ਲੱਗ ਜਾਂਦੇ ਹਾਂ ਕਿ ਜਦੋਂ ਅਸੀਂ ਜਿਹੜੇ ਵਿਸ਼ੇ ਚੁੱਕਦੇ ਹਾਂ ਵੀ ਹਾਂ ਵੀ ਸਮਾਜ ਵਿੱਚ ਕਿਵੇਂ ਹੋ ਰਿਹਾ ਹੈ ਅੱਛਾ ਤੁਸੀਂ ਇਹਦਾ ਕੀ ਕਾਰਨ ਮੰਨਦੇ ਹੈਗੇ ਆ ਪਹਿਲਾਂ ਇੰਨੀ ਐਜੂਕੇਸ਼ਨ ਨਹੀਂ ਸੀ ਪਰ ਫਿਰ ਵੀ ਬੱਚੇ ਮਾਪਿਆਂ ਨੂੰ ਸਾਹਮਦੇ ਸੀ ਬਜ਼ੁਰਗਾਂ ਦੀ ਘਰਾਂ ਚ ਪੁੱਛਕਿਛ ਹੈਗੀ ਸੀ ਪਰ ਅੱਜ ਇੰਨੀ ਐਜੂਕੇਸ਼ਨ ਹੈਗੀ ਹੈ ਪਰ ਫਿਰ ਵੀ ਉਹ ਜਿਹੜਾ ਪਾੜਾ ਕਹਿ ਲੋ ਮਾਪਿਆਂ ਤੇ ਬੱਚਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਬੱਚਾ ਪੜ ਜਾਂਦਾ ਉਹ ਕੰਦ ਜਿਹੜੀ ਗੈਪ ਵਾਲੀ ਹੈ ਨਾ ਉਹ ਉਨੀ ਵੱਡੀ ਹੁੰਦੀ ਜਾਂਦੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਅਰਪਨ ਐਕਚੁਅਲੀ ਜਦੋਂ ਐਜੂਕੇਸ਼ਨ ਆ ਗਈ ਤੇ ਮੈਨੂੰ ਲੱਗਦਾ ਕਿ ਸਾਡੀਆਂ ਮੋਹ ਦੀਆਂ ਤੰਦਾਂ ਜਿਹੜੀਆਂ ਹਨ ਉਹ ਟੁੱਟ ਗਈਆਂ ਕਿਉਂਕਿ ਤੁਸੀਂ ਸਵਾਰਥੀ ਹੋ ਗਏ ਤੁਸੀਂ ਗਿੰਤੀਆਂ ਮੰਤੀਆਂ ਚ ਪੈ ਜਾਂਦੇ ਹੋ ਕਦੀ ਵੀ ਦੇਖੋ ਜਿਹੜਾ ਜਾਦਾ ਪੜਿਆ ਲਿਖਿਆ ਬੰਦਾ ਹੋਏਗਾ ਉਹ ਜਿਆਦਾ ਗਿੰਤੀਆਂ ਮੰਤੀਆਂ ਕਰਦਾ ਜਿੰਨਾ ਘੱਟ ਪੜਿਆ ਬੰਦਾ ਹੁੰਦਾ ਉਹ ਗਿੰਤੀਆਂ ਮੰਤੀਆਂ ਦੇ ਵਿੱਚ ਘੱਟ ਪੈਂਦਾ ਉਹ ਭਾਵਨਾਵਾਂ ਦੇ ਨਾਲ ਹੀ ਕੰਮ ਕਰਦਾ ਹੂੰ ਉਹ ਦਿਮਾਗ ਤੋਂ ਨਹੀਂ ਕਰਦਾ ਉਹ ਦਿਲ ਤੋਂ ਤੁਹਾਡੇ ਨਾਲ ਕਰਦਾ ਉਦੋਂ ਜਿਹੜਾ ਸਮਾਜ ਚੱਲਦਾ ਸੀ ਜਾਂ ਪਰਿਵਾਰ ਚੱਲਦੇ ਸੀ ਉਹ ਦਿਲ ਨਾਲ ਚੱਲਦੇ ਸੀ ਉਦੋਂ ਦਿਮਾਗ ਜਿਹੜੇ ਸੀਗੇ ਨਾ ਉਹ ਇੰਨੇ ਤਿੱਖੇ ਨਹੀਂ ਸੀ ਚੱਲਦੇ ਅਸੀਂ ਬੱਚੇ ਪੜਾ ਲੈ ਬਿਲਕੁਲ ਐਕਸਪੋਜ਼ਰ ਬੱਚਿਆਂ ਨੂੰ ਬਹੁਤ ਜ਼ਿਆਦਾ ਆ ਗਿਆ ਬਿਲਕੁਲ ਇੰਟਰਨੈਟ ਦਾ ਜਮਾਨਾ ਆ ਗਿਆ ਹੂੰ ਗਲੋਬਲ ਪਿੰਡ ਬਣ ਗਿਆ ਹੂੰ ਬੱਚੇ ਜਿਹੜੇ ਸੀ ਉਹ ਸਾਡੇ ਤੋਂ ਬਹੁਤ ਅੱਗੇ ਭੱਜ ਗਏ ਤੇਜ਼ੀ ਦੇ ਨਾਲ ਹੂੰ ਮਾਪੇ ਜਿਹੜੇ ਸੀ ਉਹ ਨਹੀਂ ਭੱਜ पाए ਪਿੱਛੇ ਰਹਿ ਗਏ ਉਹ ਪਿੱਛੇ ਰਹਿ ਗਏ ਕਿਉਂਕਿ ਉਹਨਾਂ ਨੇ ਆਪਣੀ ਸੋਚ ਜਿਹੜੀ ਸੀ ਉਹ ਆ ਆਪਣੀਆਂ ਜੜਾਂ ਦੇ ਨਾਲ ਹੂੰ ਉਦਾਂ ਹੀ ਰੱਖੀ। ਉੱਥੇ ਜੁੜੇ ਰਹੇ। ਹੂੰ ਤੇ ਉਹ ਇੱਕ ਪਾੜਾ ਜਿਹੜਾ ਸੀਗਾ ਉਹਨੇ ਜਿਆਦਾ ਕੰਮ ਖਰਾਬ ਕੀਤਾ। ਬੱਚੇ ਜਿਹੜੇ ਨੇ ਉਹ ਵੈਸਟਰਨ ਤੋਂ ਬਹੁਤ ਕੁਝ ਸਿੱਖ ਰਹੇ ਨੇ। ਉਹ ਔਵੇਂ ਦੀ ਆਜ਼ਾਦੀ, ਔਵੇਂ ਦੇ ਵਿਚਾਰ, ਔਵੇਂ ਦਾ ਰੈਂਟ ਸੈਨ ਜਿੰਨਾ ਕਮਾਇਆ ਉੰਨਾ ਖਾ ਲਓ, ਜਿੰਨਾ ਕਮਾਇਆ ਉੰਨਾ ਖਰਚ ਲਓ। ਜਿਹੜਾ ਜੇ ਹੱਥ 'ਚ ਲੱਖ ਦਾ ਤੁਹਾਡੇ ਕੋਲ ਮੋਬਾਈਲ ਹੈ ਤੇ ਤੁਹਾਡਾ ਸਟੇਟਸ ਹੈ ਜੇ ਤੁਹਾਡੇ ਕੋਲ ਲੱਖ ਦਾ ਮੋਬਾਈਲ ਹੈ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਹੀ ਕੰਪਲੈਕਸ ਦੇ ਵਿੱਚ ਲੈ ਜਾਂਦੇ ਹੋ ਕਿ ਮੈਂ ਸਮਾਜ ਦੇ ਵਿੱਚ ਜਾਂ ਆਪਣੇ ਨਕਲੀਸ ਦੇ ਵਿੱਚ ਮੈਂ ਕਿਸੇ ਤੋਂ ਕੱਟਿਆ ਹੂੰ ਗੱਡੀ ਜੇ ਵੱਡੀ ਹੈ ਆ ਤਾਂ ਤੁਹਾਡਾ ਸਟੇਟਸ ਹੈ ਬਿਲਕੁਲ ਕੈਲੀਬਰ ਦਾ ਸਟੇਟਸ ਜਿਹੜਾ ਹੈ ਉਹ ਮਾਈਨਸ ਹੋ ਗਿਆ ਔਰ ਉਹ ਜਿਹੜੀਆਂ ਚੀਜ਼ਾਂ ਸਗੀਆਂ ਵੈਸਟਰਨ ਤੋਂ ਲਈਆਂ ਚੰਗੀਆਂ ਚੀਜ਼ਾਂ ਕਹਿ ਲੋ ਜਾਂ ਮਾੜੀਆਂ ਕਹਿ ਲੋ ਹਰ ਇੱਕ ਪੀੜੀ ਆਪਣੇ ਸਾਬ ਦੇ ਨਾਲ ਸੋਚਦੀ ਆ ਉਹਨਾਂ ਵਾਸਤੇ ਉਹ ਬਹੁਤ ਅੱਚੀਆਂ ਨੇ ਪੇਰੈਂਟਸ ਨੇ ਇਹ ਸੋਚਿਆ ਹੀ ਨਹੀਂ ਕਿ ਜੋ ਕੁਝ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਦਿੱਤੀ ਇੰਨਾ ਐਡਵਾਂਸ ਕਰ ਦਿੱਤਾ ਉਹਦਾ ਸਾਡੇ ਤੇ ਕੀ ਅਸਰ ਹੋਏਗਾ ਜਾਂ ਸਮਾਜ ਤੇ ਦਾ ਇੰਪੈਕਟ ਕੀ ਪਏਗਾ ਉਹਨਾਂ ਨੇ ਉਹ ਚੀਜ਼ ਵਿਚਾਰੀ ਨਹੀਂ ਬਿਲਕੁਲ ਉਹ ਸੋਚੀ ਨਹੀਂ ਉਹਦਾ ਅਸਰ ਜਿਹੜਾ ਸੀਗਾ ਨਾ ਉਹ ਨੌਜਵਾਨ ਪੀੜੀ ਨੂੰ ਔਰ ਬਜ਼ੁਰਗਾਂ ਨੂੰ ਉਹ ਦੋਨਾਂ ਨੂੰ ਕਿਤੇ ਨਾ ਕਿਤੇ ਨੰਗਾਰ ਵੱਲ ਲੈ ਗਿਆ ਕਹਿ ਦੋ ਜਾਂ ਇੱਕ ਦੂਜੇ ਤੋਂ ਦੂਰ ਲੈ ਗਿਆ ਤੇ ਜੇ ਅਸੀਂ ਮੈਨ ਮੇਦੇ ਹੱਲ ਵਾਲਾ ਬਦਦੇ ਆ ਤੇ ਕੀ ਜਿਹੜੇ ਅੱਜ ਵਾਲੇ ਮਾਪੇ ਹੈਗੇ ਸੋ ਕੀ ਉਹਨਾਂ ਨੂੰ ਵੀ ਆਪਣੇ ਬੱਚਿਆਂ ਜਿੰਨਾ ਮਾਡਰਨ ਹੋਣਾ ਪਊਗਾ ਉਹਨਾਂ ਨੂੰ ਵੀ ਵੈਸਟ ਰੂਮ ਅਪਣਾਉਣਾ ਪਏਗਾ ਕਿ ਬੱਚੇ ਪੁੱਛਗਿਛ ਕਰਨ ਜਾਂ ਫਿਰ ਸਾਨੂੰ ਜਿਹੜਾ ਅੱਜ ਸਾਡੇ ਜਿਹੜੇ ਬਜ਼ੁਰਗ ਮਾਪੇ ਆ ਜਿਹੜੇ ਅੱਜ ਰੋਲ ਰਹੇ ਹੈਗੇ ਉਹਨਾਂ ਤੋਂ ਬਾਅਦ ਵਾਲੀ ਜਿਹੜੀ ਪੀੜ੍ਹੀ ਉਹਨੂੰ ਚਾਹੀਦਾ ਵੀ ਹਾਂ ਬੱਚਿਆਂ ਤੋਂ expectation ਹੀ ਨਾ ਰੱਖੋ ਬਸ ਉਹਨਾਂ ਨੂੰ ਪੜਾਓ ਲਖਾਓ ਤੇ ਫਿਰ ਕੀ 18 ਸਾਲ ਦੇ ਹੋ ਗਏ ਆਜ਼ਾਦ ਕਰ ਦਿਓ ਬਿਲਕੁਲ ਅਰਪਣ ਜਿਹੜਾ ਸੋਚ ਹੈ ਨਾ ਹੁਣ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹਦੇ ਸੋਚ ਇਹ ਹੈਗੀ ਅਸੀਂ ਮਾਡਰਨ ਰਹੀਏ ਅਸੀਂ ਆਜ਼ਾਦ ਰਹੀਏ ਅਸੀਂ ਇਕੱਲੇ ਰਹੀਏ ਸਾਡੇ ਕੋਲ ਪੇਰੈਂਟਸ ਜਿਹੜੇ ਨੇ ਉਹ ਬੋਝ ਨੇ ਜਾਂ ਲੱਗਦਾ ਉਹਨਾਂ ਨੂੰ ਕਿ ਅਸੀਂ ਬਹੁਤ ਮਾਡਰਨ ਆ ਅਸੀਂ ਮਲਟੀਨੈਸ਼ਨਲ ਕੰਪਨੀਆਂ ਚ ਨੌਕਰੀਆਂ ਕਰਦੇ ਆ ਜੇ ਅਸੀਂ ਆਪਣੇ ਘੱਟ ਪੜੇ ਮਾਪੇ ਨੂੰ ਨਾਲ ਰੱਖਦੇ ਆ ਤੇ ਸਾਡੀ ਬੇਇੱਜ਼ਤੀ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਫਖਰ ਹੋਣਾ ਚਾਹੀਦਾ ਆ ਉਸ ਪੀੜ੍ਹੀ ਨੂੰ ਕਿ ਸਾਡੇ ਮਾਪੇ ਜਿਹੜੇ ਸੀਗੇ ਉਹ ਘੱਟ ਪੜੇ ਸੀਗੇ ਔਰ ਉਹਨਾਂ ਨੇ ਸਾਨੂੰ ਕਿੰਨੀ ਮਿਹਨਤ ਦੇ ਨਾਲ ਕਿੱਥੇ ਪਹੁੰਚਾਇਆ ਜਾਂ ਮੇਰੀਆਂ ਜੜ੍ਹਾਂ ਜਿਹੜੀਆਂ ਸੀ ਉਹ ਪਿੰਡ ਵਿੱਚ ਸੀ ਮੈਂ ਕਿੰਨੀ ਮਿਹਨਤ ਕੀਤੀ ਮੇਰੇ ਮਾਪੇ ਨੇ ਕਿੰਨੀ ਮਿਹਨਤ ਕੀਤੀ ਔਰ ਮੈਂ ਅੱਜ ਇੱਥੇ ਪਹੁੰਚ ਗਿਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਉਹ ਵੈਸਟਰਨ ਦਾ ਜਿਹੜਾ ਹੈ ਕਿ ਇਕੱਲੇ ਰੋ ਆਪਣਾ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਉਹ ਉਹਦੇ ਵਿੱਚ ਤੇ ਬਲੀਵ ਕਰਦੇ ਨੇ ਪਰ 18 ਸਾਲ ਤੋਂ ਬਾਅਦ ਆਪਣਾ ਖਰਚਾ ਆਪ ਚੁੱਕਣਾ ਉਹ ਡਾਈਜੈਸਟ ਨਹੀਂ ਕਰ ਰਹਿ ਹੈਗੇ ਉਹ ਇਹੋ ਹੀ ਆ ਕਿ ਤੁਸੀਂ ਸਾਰਾ ਕੁਝ ਦੇ ਦਿਓ ਪੈਸਾ ਵੀ ਦੇ ਦਿਓ ਜਾਇਦਤ ਵੀ ਤੁਹਾਡੀ ਚਾਹੀਦੀ ਆ ਪਰ ਤੁਸੀਂ ਨਹੀਂ ਚਾਹੀਦੇ ਮੇਰਾ ਖਿਆਲ ਜਿਹੜੇ 60 ਤੋਂ ਪਹਿਲਾਂ ਦੇ ਜਾਂ 60 ਦੇ ਆਸ-ਪਾਸ ਜਿਹੜੇ ਜੰਮੇ ਹੋਏ ਨੇ ਨਾ ਅਰਪਣੇ ਲਾਸਟ ਪੀੜੀ ਹੋਏਗੀ ਜਿਨ੍ਹਾਂ ਨੇ ਆਪਣੇ ਮਾਂ-ਬਾਪ ਤੋਂ ਵੀ ਝੜਕਾ ਖਾਧੀਆਂ ਔਰ ਅੱਗੋਂ ਬੱਚਿਆਂ ਤੋਂ ਝੜਕਾ ਖਾਂਦੇ ਨੇ ਹਮ ਮਾਂ-ਬਾਪ ਤੋਂ ਵੀ ਡਰਦੇ ਸੀ ਔਰ ਬੱਚਿਆਂ ਤੋਂ ਵੀ ਡਰਦੇ ਨੇ ਇਹ ਲਾਸਟ ਪੀੜੀ ਆ ਉਸ ਤੋਂ ਅੱਗੇ ਜਿਹੜੇ ਨੇ ਮੈਨੂੰ ਨਹੀਂ ਲੱਗਦਾ ਕਿ ਐਕਸਪੈਕਟੇਸ਼ਨਸ ਬੱਚਿਆਂ ਦੀ ਨੌਜਵਾਨ ਪੀੜੀ ਦੀ ਆਪਣੇ ਬੱਚਿਆਂ ਕੋਲ ਹੋਣਗੀਆਂ ਜਾਂ ਉਹਨਾਂ ਨੂੰ ਉਹੋ ਜਿਹੀ ਪਰਵਰਿਸ਼ ਦੇ ਰਹੇ ਨੇ ਕਿ ਉਹ ਲੁੱਕ ਆਫਟਰ ਕਰਨਗੇ ਜਾਂ ਉਹੋ ਜਿਹਾ ਮਾਹੌਲ ਹੀ ਹੈ ਉਹੋ ਜਿਹਾ ਸਿਰਜਿਆ ਜਾ ਜਾ ਰਿਹਾ ਹੈਗਾ ਕਿ ਉੱਥੋਂ ਤੱਕ ਗੱਲ ਪਹੁੰਚਣੀ ਨਹੀਂ ਕਿਸੇ ਦੀ ਵੀ ਵੀ ਤੁਸੀਂ ਘਰਾਂ ਦੇ ਵਿੱਚ ਪਾਪਾ ਬਪ ਨੂੰ ਰੱਖੋ ਨਾ ਉਹ ਰਹਿਣਗੇ ਔਰ ਇਸ ਵਕਤ ਵੀ ਮੈਂ ਬਹੁਤ ਸਾਰੇ ਕਪਲਸ ਨੂੰ ਜਾਣਦੀ ਆ ਜਿਹੜੇ जानਦੀ انس ਪਰਸਨਲੀ ਤੇ ਨਹੀਂ ਮੈਂ ਜਾਣਦੀ ਪਰ ਉਹ ਰੈਡੀ ਨੇ ਕਿ ਅਸੀਂ ਜਾਵਾਂਗੇ ਔਰ ਮੈਂ ਦਰਾਹੇ ਸੀਨੀਅਰ ਸਿਟੀਜ਼ਨ ਹੋਮ ਵਿਜ਼ਿਟ ਕੀਤਾ ਸੀਗਾ ਜਿੱਥੇ ਬੜੀ ਹਾਈ ਕਲਾਸ ਫੈਮਲੀਆਂ ਦੇ ਜਿਹੜੇ ਬਜ਼ੁਰਗ ਨੇ ਉਹ ਉੱਥੇ ਨੇ ਔਰ ਉੱਥੇ ਜਿਹੜੀਆਂ ਫੈਸਿਲਿਟੀਆਂ ਦੇ ਰਹੇ ਨੇ ਮੈਨੂੰ ਲੱਗਦਾ ਉਹ ਘਰ ਨਾਲੋਂ ਵੀ ਬੈਟਰ ਨੇ ਅੱਛਾ ਬਿਲਕੁਲ ਕਿਉਂਕਿ ਤੁਹਾਨੂੰ ਸੈਪਰੇਟ ਰੂਮ ਮਿਲਦਾ ਕਪਲ ਹੋ ਤੋ ਤੁਸੀਂ ਦੋਵੇਂ ਰਹਿ ਸਕਦੇ ਹੋ ਸ਼ੇਅਰਿੰਗ ਕੋਈ ਨਹੀਂ ਬਹੁਤ ਵਧੀਆ ਉਹਨਾਂ ਦਾ ਖਾਣਾ ਹੈ ਔਰ ਫਰਸਟ ਜਿਹੜੀ ਤੁਹਾਨੂੰ ਕੋਈ ਵੀ ਏਡ ਮੈਡੀਕਲ ਏਡ ਆ ਉਹ ਉੱਥੇ ਮਿਲ ਜਾਂਦੀ ਆ ਐਡੀਟੋਰੀਅਮ ਨੇ ਖੁੱਲੇ ਲੌਨ ਨੇ ਖਾਣਾ ਸਾਰਾ ਵੈਸ਼ ਨੂੰ ਹੈ ਉਹਨਾਂ ਦਾ ਆਪਣਾ ਆਰਗੇਨਿਕ ਫੂਡ ਹੈ ਗਾਵਾਂ ਦਾ ਦੁੱਧ ਹੈ ਮਤਲਬ ਬਹੁਤ ਬੈਟਰ ਉਹਨਾਂ ਦਾ ਲੱਗਦਾ ਹੈ ਕਿ ਤੁਸੀਂ ਇਕੱਲੇ ਰਹਿਣ ਨਾਲੋਂ ਉੱਥੇ ਰਹਿ ਲੋ ਤੇ ਵਧੀਆ ਆ ਤੇ ਉੱਥੇ ਪਰਿਵਾਰ ਹੈਗੇ ਨੇ ਤਾਂ ਕੋਈ ਬੰਦਸ਼ ਨਹੀਂ ਹੈ ਤੁਸੀਂ 4 ਮਹੀਨੇ ਰਹਿ ਲੈ ਇੱਕ ਮਹੀਨਾ ਘਰ ਵੀ ਜਾ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਤੇ ਮੈਨੂੰ ਲੱਗਦਾ ਕਿ ਜੇ ਇਹੋ ਜੀ ਵੀ ਲਾਈਫ ਹੋਵੇ ਤੇ ਉਹ ਘਰਾਂ ਦੇ ਵਿੱਚ ਤੰਗ ਹੋਣ ਨਾਲੋਂ ਜਾਂ ਇਕੱਲੇ ਰਹਿਣ ਨਾਲੋਂ ਜ਼ਿੰਮੇਵਾਰੀ ਬਹੁਤ ਹੁੰਦੀ ਘਰ ਚਲਾਉਣ ਵਾਸਤੇ ਇੱਕ ਸਟੇਜ ਤੇ ਆ ਕੇ ਤੁਹਾਨੂੰ ਸਮਾਨ ਇਕੱਠਾ ਕਰਨਾ ਸਰਵੈਂਟਸ ਦਾ ਰੱਖਣਾ ਜਿਵੇਂ ਦੇ ਹਾਲਾਤ ਨੇ ਸਰਵੈਂਟ ਮਰਡਰ ਕਰ ਰਹੇ ਨੇ ਹੂੰ ਉਹ ਸੇਫ ਹੈ ਸੇਫਟੀ ਤੁਹਾਨੂੰ ਮਿਲਦੀ ਹੈ ਉੱਥੇ ਬਿਲਕੁਲ ਮੈਡੀਕਲ ਦਾ ਹੈ ਕੋਈ ਇਸ਼ੂ ਜਿਆਦਾ ਬਿਮਾਰ ਹੋ ਗਏ ਤੁਹਾਨੂੰ ਹਸਪੀਟਲ ਐਡਮਿਟ ਕਰਵਾਉਂਦੇ ਨੇ ਪੇਰੈਂਟਸ ਜੋ ਵੀ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਇਨਫੋਰਮ ਵੀ ਕਰਦੇ ਨੇ ਘਰਦਿਆਂ ਨੂੰ ਇਨਫੋਰਮ ਕਰ ਦਿੰਦੇ ਨੇ ਤੇ ਹੌਲੀ-ਹੌਲੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੇਰੈਂਟਸ ਆਪਣੇ ਆਪ ਨੂੰ ਮੈਂਟਲੀ ਪ੍ਰੇਪੇਅਰ ਕਰ ਰਹੇ ਨੇ ਕਿ ਬਜਾਏ ਇਹਦੇ ਕਿ ਤੁਸੀਂ ਕਿਸੇ ਤੇ ਬੋਝ ਬਣੋ ਜਾਂ ਆਪਣਾ ਪੀਸ ਆਫ ਮਾਈਂਡ ਖਰਾਬ ਕਰੋ ਬੱਚਿਆਂ ਦਾ ਕਰੋ ਤੇ ਉੱਥੇ ਰਹਿ ਲਓ ਉਸ ਤੋਂ ਚੰਗਾ ਕੰਪਨੀ ਹਾਂ ਕੰਪਨੀ ਹੈ ਅੱਜ ਕਿਰਦਾਰ ਆਸ਼ਰਮ ਰਹਿ ਲਓ ਹਾਂ ਸੋ ਅਨਾਲੀ ਟਾਈਮ 'ਚ ਵੀ ਸਾਡੇ ਕਲਚਰ ਦਾ ਇੱਕ ਹਿੱਸਾ ਰਹੂਗਾ ਬਿਲਕੁਲ ਅਰਪਨ ਮੈਮ ਬਹੁਤ ਲਿਖਿਆ ਸੀਗਾ ਕਿ ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਨਹੀਂ ਹੋਣੇ ਚਾਹੀਦੇ ਪਰ ਜਦੋਂ ਮੈਂ ਬਹੁਤ ਚੀਜ਼ਾਂ ਦੇਖੀਆਂ ਪੇਰੈਂਟਸ ਨੂੰ ਕੁੱਟਦੇ ਮਾਰਦੇ ਧੱਕੇ ਖਾਂਦੇ ਰੋਟੀ ਤੋਂ ਆਵਾਜ਼ ਆਤ ਜਿਹੜੇ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਟਾਈਮ ਤੇ ਮਿਲਦੀ ਕੱਪੜੇ ਤੋਤੇ ਹੋਏ ਨਹੀਂ ਮਿਲਦੇ ਕੁਛ ਨਹੀਂ ਮਿਲਦਾ ਹੂੰ ਤੇ ਜੇ ਉਹ ਫੋਰਟ ਕਰ ਸਕਦੇ ਨੇ ਆਪਣੀ ਆਪਣੀ ਵਿੱਤੀ ਕੰਡੀਸ਼ਨ ਦੇ ਹਿਸਾਬ ਦੇ ਨਾਲ ਜੇ ਉਹ ਉੱਥੇ ਰਹਿਣ ਤੇ ਘੱਟੋ-ਘੱਟ ਉਹਨਾਂ ਦੇ ਜਿਹੜੇ ਪਿਛਲੇ 5 ਸਾਲ 10 ਸਾਲ 12 ਸਾਲ ਜਿੰਨੀ ਵੀ ਉਹਨਾਂ ਦੀ ਪਿਛਲੀ ਹੈ ਲਾਈਫ ਹੂੰ ਘੱਟੋ-ਘੱਟ ਕੰਫਰਟੇਬਲ ਰਹੇਗੀ ਜੀ ਪਰ ਮੈਨੂੰ ਐ ਲੱਗਦਾ ਕਿ ਆਪਣੇ ਇੱਥੇ ਨਾ ਕਿਤੇ ਨਾ ਕਿਤੇ ਚੀਜ਼ਾਂ ਭਾਵਨਾ ਨਾਲ ਵੀ ਜੁੜੀਆਂ ਹੁੰਦੀਆਂ ਹਨਾ ਜਦੋਂ ਇੱਕ ਮਾਂ ਆਪਣੇ ਪੁੱਤ ਨੂੰ ਪਾਲ ਰਹੀ ਹੁੰਦੀ ਹੈ ਤੇ ਉਹਦਾ ਕਿਤੇ ਨਾ ਕਿਤੇ ਇਹ ਵੀ ਇੱਕ ਸੁਪਨਾ ਹੁੰਦਾ ਵੀ ਇਹਦੇ ਬੱਚੇ ਹੋਣਗੇ ਹਨਾ ਸੋ ਮੇਰਾ ਮਤਲਬ ਉਹ ਪੀੜੀਆਂ ਨੂੰ ਅੱਗੇ ਵੱਧਦਾ ਫੁੱਲਦਾ ਵੀ ਦੇਖਣਾ ਚਾਹੁੰਦੇ ਹੈਗੇ ਉਹ ਜਿਹੜੀ ਚੀਜ਼ ਐ ਕਿ ਉਹ ਦਾਦੇ ਦਾ ਉਂਗਲ ਫੜ ਕੇ ਪੋਤੇ ਦੇ ਨਾਲ ਜਾਣਾ ਜਾਂ ਦਾਦੇ ਦੇ ਮੋਢਿਆਂ ਤੇ ਪੋਤੇ ਦਾ ਬੈਠੇ ਹੋਣਾ ਜਾਂ ਦਾਦੀ ਤੋਂ ਨਿੱਕੀਆਂ-ਨਿੱਕੀਆਂ ਗੱਲਾਂ ਜਦੋਂ ਕੋਈ ਪੋਤੀ ਪੁੱਛਦੀ ਹੈਗੀ ਉਹ ਫਿਰ ਸਭ ਕਿੱਥੇ ਰਹਿਉਗਾ ਅਰਪਨ ਜਦੋਂ ਤੁਸੀਂ ਆਪ ਤੰਗ ਹੁੰਦੇ ਹੋ ਮਾਹੌਲ ਕਰਦਾ ਠੀਕ ਨਹੀਂ ਹੁੰਦਾ ਹੂੰ ਤੇ ਕਈ ਵਾਰੀ ਤੁਹਾਨੂੰ ਮਜਬੂਰੀ ਦੇ ਵਿੱਚ ਉਹ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਚਾਹੇ ਬਹੁਤ ਔਖਾ ਹੁੰਦਾ ਕਿਉਂਕਿ ਜਿਹੜੇ ਮਾਪੇ ਨੇ ਉਹਨਾਂ ਨੇ ਬੜੀਆਂ ਆਸਾਂ ਦੇ ਨਾਲ ਬੱਚੇ ਪਾਲੇ ਹੁੰਦੇ ਆ। ਹੂੰ। ਕਈ ਵਾਰੀ ਕਰ ਰਿੰਨੇ ਔਖੇ ਹੋ ਕੇ ਬਣਾਇਆ ਹੁੰਦਾ। ਉਹਨੇ ਕਰ ਛੱਡਣਾ ਬਹੁਤ ਔਖਾ ਹੁੰਦਾ। ਬੱਚੇ ਛੱਡਨੇ ਬੜੇ ਔਖੇ ਹੁੰਦੇ ਨੇ। ਪਰ ਕਈ ਵਾਰੀ ਹਾਲਾਤ ਤੇ ਮਜਬੂਰੀਆਂ ਉਹੋ ਜੀਆਂ ਹੋ ਜਾਂਦੀਆਂ ਨੇ। ਹੂੰ। ਕਿ ਤੁਹਾਨੂੰ ਛੱਡਣ ਦੇ ਵਿੱਚ ਵਧਿਆ ਰਿੰਦਾ। ਬਿਲਕੁਲ। ਪਰ ਕਈ ਬਜ਼ੁਰਗ ਐਵੇਂ ਵੀ ਹੈਗੇ ਵੀ ਜਿਹੜੇ ਆਪਣੀ ਬਜ਼ੁਰਗੀ ਦੇ ਵਿੱਚ ਜਿਵੇਂ ਕਈਆਂ ਦਾ ਮਾਲੋ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਸਭਾ ਥੋੜਾ ਕਟੜ ਹੈਗਾ ਪਰ ਉਹ ਵੀ ਮੈਨੂੰ ਐ ਲੱਗਦਾ ਵੀ ਬੱਚੇ ਜੇ ਥੋੜੇ ਬਹੁਤੇ ਤਾਕ ਤਰੀਕੇ ਵੱਖਰੇ ਅਪਣਾਉਂਦੇ ਹੈਗੇ ਆ ਤੇ ਬਜ਼ੁਰਗ ਉਹਨਾਂ ਨੂੰ ਸ਼ਾਇਦ ਕਈ ਵਾਰ ਸਵੀਕਾਰ ਹੀ ਨਹੀਂ ਕਰਦੇ ਹੈਗੇ ਤਾਂ ਐ ਵੀ ਰਹਿੰਦਾ ਹੈਗਾ ਵੀ ਉਹਨਾਂ ਦੀ ਵਜ੍ਹਾ ਵੀ ਕਈ ਵਾਰ ਹੁੰਦੀ ਹੈਗੀ ਹੈ ਬਿਲਕੁਲ ਪੀੜੀ ਪਾੜਾ ਤੇ ਅਰਪਣ ਰਹੇਗਾ ਹੈ ਨਾ ਜਿਸ ਤਰ੍ਹਾਂ ਹੁਣ ਤੁਸੀਂ ਨੌਜਵਾਨ ਪੀੜੀ ਆ ਹੂੰ ਇਹਨੇ ਰੋਜ਼ ਸ਼ਾਪਿੰਗ ਕਰਨੀ ਹੂੰ ਪੇਰੈਂਟਸ ਨੂੰ ਉਹ ਡਾਈਜੈਸਟ ਨਹੀਂ ਹੁੰਦਾ ਉਹਨਾਂ ਵਾਸਤੇ ਉਹ ਵੇਸਟੇਜ ਹੈ ਰੋਜ਼ ਬਾਰੋਂ ਖਾਣਾ ਆਉਣਾ ਪੇਰੈਂਟਸ ਵਾਸਤੇ ਉਹ ਵੇਸਟੇਜ ਹੈ ਹੂੰ ਠੀਕ ਹੈ ਨਾ ਤੁਸੀਂ ਇੱਕ ਵਾਰੀ ਪੇਰੈਂਟਸ ਬੇਰਲੀ ਦੇਖ ਲੈਣ ਵੀ 3000 ਦਾ ਪੀਜ਼ਾ ਆ ਗਿਆ ਉਹਨਾਂ ਨੂੰ ਇਹ ਲੱਗਣਾ ਵੀ 3000 ਦਾ ਤੇ ਰਸੋਈ ਦਾ ਮਹੀਨੇ ਦਾ ਖर्चा ਹੈ ਬਿਲਕੁਲ ਹਨਾ ਉਹ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੋਚ ਜਿਹੜੀ ਆ ਨਾ ਉਹਦੇ ਤੇ ਆ ਆਪਨਾ ਤਕਰਾਰ ਹੋ ਜਾਂਦੇ ਨੇ ਵਿਚਾਰਾਂ ਦੀ ਵੀ ਫਰਕ ਤੇ ਹੁੰਦਾ ਹੀ ਹੁੰਦਾ ਆ ਨਾ ਜਦੋਂ ਤੁਸੀਂ ਯੰਗ ਹੋ ਔਰ ਬਜ਼ੁਰਗ ਨੇ ਕਿਉਂਕਿ ਉਹਨਾਂ ਨੇ ਬਹੁਤ ਤੰਕੀਆਂ ਤਰੁੱਟੀਆਂ ਕੱਟੀਆਂ ਹੁੰਦੀਆਂ ਉਸ ਟਾਈਮ ਐਕਸਪੋਜ਼ਰ ਨਹੀਂ ਸੀ ਉਸ ਟਾਈਮ ਇਨਾ ਬਾਹਰ ਖਾਣ ਦਾ ਰੁਝਾਨ ਨਹੀਂ ਸੀ ਬਿਲਕੁਲ ਹੁਣ ਅਗਲਾ ਪੇਰੈਂਟਸ ਤੇ ਇਹ ਦੇਖਦੇ ਆ ਨਾ ਕਿ ਤੈਨਾਂ ਚਾਹ ਦੇ ਵਿੱਚ ਤੁਸੀਂ ਖਾਦਾ ਕੀ ਹੂੰ ਉਹ ਜਿਹੜੀਆਂ ਚੀਜ਼ਾਂ ਨੇ ਕਈ ਵਾਰੀ ਉਹ ਕਟੜਤਾ ਕਹਿ ਲੋ ਜਾਂ ਉਹਨਾਂ ਨੂੰ ਵੇਸਟੇਜ ਆਫ ਮਨੀ ਲੱਗਦਾ ਆ ਔਰ ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਦਾ ਪੈਸਾ ਵੇਸਟ ਹੁੰਦਾ ਦੇਖ ਕੇ ਸੌਖਾ ਨਹੀਂ ਹੁੰਦਾ ਉਹਨੂੰ ਤਕਲੀਫ ਹੀ ਹੁੰਦੀ ਆ ਹੂੰ ਤੇ ਉੱਥੇ ਫਿਰ ਵਿਚਾਰਾਂ ਦਾ ਟਕਰਾਅ ਹੁਣੇ ਹੀ ਹੋਣਾ ਹੈ ਜੀ ਸੋ ਮੈਂ ਆਤਾ ਸੀ ਗੱਲ ਕਰ ਲਈ ਕਿ ਹਾਂ ਜਿਹੜੇ ਅਫੋਰਡ ਕਰ ਸਕਦੇ ਆ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਸੰਭਾਲ ਸਕਦੇ ਜਾਂ ਕਿਸੇ ਕਾਰਨ ਕਰਕੇ ਵਿਦੇਸ਼ ਨੇ ਜਾਂ ਕੋਈ ਕੰਮਾਂ ਤੇ ਹੈਗੇ ਆ ਵੀ ਉਹ ਤਾਂ ਉੱਥੇ ਜਾ ਸਕਦੇ ਪਰ ਉਹ ਜਿੱਦਾਂ ਉਹ ਕਹਿੰਦੇ ਨਾ ਵੀ ਉਹ ਭਾਂਡੇ ਜਿਨ੍ਹਾਂ ਨੇ ਇਕੱਠੇ ਹੀ ਰਹਿਣਾ ਪਰ ਖੜਕਦੇ ਰਹਿੰਦੇ ਹੈਗੇ ਉਹਨਾਂ ਦੇ ਲਈ ਆਪਾਂ ਕੀ ਕੀ ਕਰਨਾ ਚਾਹੀਦਾ ਹੈ ਉਹਨਾਂ ਕੋਲ ਕੀ ਹੱਲ ਹੈਗਾ ਕਿ ਉਹ ਇਕੱਠੇ ਰਹਿਣ ਤੇ ਬਜ਼ੁਰਗਾਂ ਦਾ ਜਿਹੜੀ ਬੁਢਾਪਾ ਹੈਗਾ ਆ ਉਹ ਵੀ ਨਾ ਰੁਲੇ ਤੇ ਜਿਹੜੇ ਬੱਚੇ ਜਿਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਹੈਗੇ ਆਪਣੇ ਹਿਸਾਬ ਦੀ ਉਹ ਉਹ ਵੀ ਜੀ ਸਕਣ ਇਹ ਤੇ ਦੋਨਾਂ ਨੂੰ ਹੀ ਦੇਖਣਾ ਪੈਣਾ ਅਰਪਣ ਦੇਖੋ ਮਾਪੇ ਨੂੰ ਫਿਰ ਇੱਕ ਸਟੇਜ ਤੇ ਆ ਕੇ ਮੈਨੂੰ ਲੱਗਦਾ ਫਿਰ ਦਖਲਅੰਦਾਜ਼ੀ ਹੋਰ ਬੰਦ ਕਰ ਦੇਣੀ ਚਾਹੀਦੀ ਆ ਕਿਉਂਕਿ ਉਹ ਬੱਚੇ ਜਿਹੜੇ ਨੇ ਉਹ ਵਕਤ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਚੱਲਦੇ ਪੈ ਰਹੇ ਨੇ ਤੁਸੀਂ ਰੋਜ਼ ਰੋਕੋਗੇ ਸੁਣਨਾ ਤੇ ਉਹਨਾਂ ਨੇ ਹੈ ਨਹੀਂ ਹੂੰ ਬੱਚਿਆਂ ਨੂੰ ਇਹ ਚਾਹੀਦਾ ਕਿ ਜੇ ਮਾਂ-ਬਾਪ ਦੇ ਨਾਲ ਜਾ ਕੇ ਬੈਠ ਕੇ ਗੱਲ ਕਰ ਲੋ ਹੂੰ ਜਾਂ ਕੋਈ ਇੱਕ ਉਹਨਾਂ ਦੀ ਮੰਨ ਲੋ ਤੇ ਕੋਹਨਾਂ ਕੋਲੋਂ ਆਪਣੀ ਬਣਾ ਲੋ ਹੂੰ ਉਹ ਨਾ ਤੇ ਬਜ਼ੁਰਗ ਜਿਹੜੇ ਨੇ ਪੇਰੈਂਟਸ ਉਹ ਸਾਰੀਆਂ ਆਪਣੀਆਂ ਪਗਾਉਣ ਤੇ ਨਾ ਨੌਜਵਾਨ ਪੀੜੀ ਜਿਹੜੀ ਉਹ ਸਾਰੀਆਂ ਆਪਣੀਆਂ ਪਗਾਵਿਆ ਸਭ ਮਿਲ ਕੇ ਜਿੰਨਾ ਕਹੇ ਤੁਸੀਂ ਐਡਜਸਟ ਕਰ ਸਕਦੇ ਹੋ ਉਹਨਾਂ ਨੂੰ ਐਡਜਸਟ ਕਰਨਾ ਜ਼ਰੂਰੀ ਆ। ਹੂੰ। ਨਹੀਂ ਤਾਂ ਫਿਰ ਨੁਕਸਾਨ ਤੇ ਹੋ ਹੀ ਰਹੇ ਨੇ। ਜੇ ਪੇਰੈਂਟਸ ਘਰੋਂ ਚਲੇ ਜਾਂਦੇ ਨੇ, ਇਕੱਲੇ ਰਹਿ ਰਹੇ ਉਹ ਬੱਚੇ ਆਇਆ ਦੇ ਕੋਲ ਛੱਡਦੇ ਉਹ ਕੀ ਕਰਦੇ ਉਹ ਬਹੁਤ ਸਾਰੀਆਂ ਸਮੱਸਿਆਵਾਂ ਨੇ ਐਵੇਂ ਨਹੀਂ। ਕਿਹਾ ਕਿ ਬਜ਼ੁਰਗ ਜਿਹੜੇ ਨੇ ਉਹ ਘਰਾਂ ਦੇ ਤਾਲੇ ਨੇ। ਕਈ ਵਾਰੀ ਕੰਮ ਨਾ ਕਰਦੇ ਹੋਏ ਵੀ ਉਹ ਫਾਇਦੇ ਦੇ ਜਾਂਦੇ ਨੇ। ਬਿਲਕੁਲ, ਘਰ 'ਚ ਬੈਠੇ ਹੋਏ ਵੀ। ਜੀ। ਸੁਣਨਾ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਐਡਜਸਟਮੈਂਟ ਕਰਨੀ ਚਾਹੀਦੀ ਆ। ਵੰਸਕੋ ਅਤੇ ਕਿ ਜਿਹੜਾ ਬਿਰਦਾ ਆਸ਼ਰਮ ਆਲਾ ਇੱਕ ਨਵੀਂ ਸਭਿਅਤਾ ਅਸੀਂ ਪੰਜਾਬ ਵਿੱਚ ਵੀ ਦੇਖ ਰਹੇ ਹੈਗੇ ਹਾਲਾਂਕਿ ਬਦਲ ਦੇ ਦੌਰ ਦੇ ਨਾਲ ਚੀਜ਼ਾਂ ਬਦਲਦੀਆਂ ਨੇ ਤੇ ਕੁਝ ਇੱਕ ਬਦਲਾਵ ਇਹੋ ਜਿਹੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਨਾਂ ਚਾਹੁੰਦੇ ਹੋਏ ਵੀ ਤੁਹਾਨੂੰ ਮੰਨ ਲੈਣਾ ਚਾਹੀਦਾ ਵੀ ਇਹ ਸਮੇਂ ਦੀ ਲੋੜ ਹੈਗੀ ਐ ਇੰਨਾ ਚੋਈ ਇੱਕ ਬਿਰਦਾ ਆਸ਼ਰਮ ਹੈ ਜਿੱਥੇ ਆਪਦੀ ਮਰਜ਼ੀ ਦੇ ਨਾਲ ਕਈ ਲੋਕ ਪੇ ਕਰਕੇ ਜਿਹੜਾ ਰਹਿ ਰਹੇ ਹੈਗੇ ਆ ਆਪਾਂ ਜੋ ਉਹਨਾਂ ਦੀ ਗੱਲ ਕੀਤੀ ਹੈਗੀ ਹੈ ਜਿਨ੍ਹਾਂ ਦੇ ਨਾਲ ਬੱਚੇ ਬਹੁਤ ਗਲਤ ਕਰਦੇ ਹੈਗੇ ਆ ਜਾਇਦਾਦ ਲੈ ਕੇ ਮਾਪਿਆਂ ਨੂੰ ਬਾਹਰ ਕੱਢ ਦਿੰਦੇ ਆ ਕੁਝ ਨਸ਼ੀਆਂ ਕਰਕੇ ਮਾਪਿਆਂ ਨੂੰ ਤੰਗ ਕਰਦੇ ਹੈਗੇ ਆ ਕੁਝ ਵੈਸੇ ਜਿੱਦ ਪਗਾਉਂਦੇ ਆ ਉਹਨਾਂ ਦਾ ਸੁਭਾਅ ਹੀ ਨਹੀਂ ਹੈ ਕਿਸੇ ਨਾਲ ਰਲ ਕੇ ਰਹਿਣਾ ਤੇ ਉਹ ਇਸ ਚੱਕਰ ਦੇ ਵਿੱਚ ਮਾਪਿਆਂ ਦੇ ਨਾਲ ਨਹੀਂ ਬਣਾ ਕੇ ਰੱਖਦੇ ਹੈਗੇ ਤੇ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਹੈਗੇ ਬਿਨਾਂ ਇਹ ਸੋਚੇ ਕਿ ਇਸ ਦਾ ਅੰਜਾਮ ਕੀ ਹੋਣਾ ਹੈ ਕਿਉਂਕਿ ਹਨ ਕਹਿੰਦੇ ਨਾ ਵੀ ਚੱਕੀ ਜਿਹੜੀ ਹੈਗੀ ਆ ਉਹ ਕੁਮ ਦਾ ਵਕਤ ਦਾ ਵਕਤ ਦਾ ਚੱਕਰ ਘੁੰਮਦਾ ਘੁੰਮਦਾ ਹੈਗਾ ਆ ਹੈਨਾ ਔਰ ਉਹ ਹੋਰ ਜ਼ਿਆਦਾ ਕਹਿੰਦੇ ਬਰੀਕ ਪੀਸਦੀ ਹੈਗੀ ਰਬ ਦੀ ਜਿਹੜੀ ਚੱਕੀ ਹੈਗੀ ਬਿਲਕੁਲ ਬਿਲਕੁਲ ਸੋ ਇਹ ਵੀ ਉਹ ਉਹਨਾਂ ਦੇ ਵੀ ਸਮਾਂ ਆਉਣਾ ਹੈਗਾ ਔਰ ਬਜ਼ੁਰਗੀ ਤੁਸੀਂ ਰੋਕ ਨਹੀਂ ਸਕਦੇ ਤੁਹਾਡੇ ਤੇ ਵੀ ਆਨੇ ਤੁਸੀਂ ਵੀ ਮਾਪੇ ਬੰਨਣਾ ਤੇ ਇੱਕ ਟਾਈਮ ਤੋਂ ਬਾਅਦ ਤੁਸੀਂ ਵੀ ਦਾਦੇ ਦਾਦੀਆਂ ਬੰਨਣਾ ਹੈਗਾ ਸੋ ਆ ਬੜਾ ਜ਼ਰੂਰੀ ਇਹ ਵੀ ਮਤਲਬ ਕਿ ਐਡਜਸਟਮੈਂਟ ਜਿਹੜੀ ਹੈਗੀ ਆ ਉਹ ਰਿਸ਼ਤਿਆਂ ਦੇ ਵਿੱਚ ਸਿੱਖੀ ਜਾਏ ਔਰ ਜਿਵੇਂ ਮੈਮ ਨੇ ਵੀ ਕਿਹਾ ਕਿ ਦੋਨਾਂ ਪੱਖਾਂ ਨੂੰ ਹੀ ਆਪਸ ਦੇ ਵਿੱਚ ਗੱਲਬਾਤ ਕਰਕੇ ਜਿੰਨਾ ਹੱਲ ਕਰ ਸਕਦੇ ਆ ਹੱਲ ਕਰਨਾ ਚਾਹੀਦਾ ਹੈਗਾ ਸੋ ਲਗਾਤਾਰ ਪੰਜਾਬੋਂ ਤੇ ਅਸੀਂ ਕੋਸ਼ਿਸ਼ ਕਰਦੇ ਆ ਇਹੋ ਜੇ ਸਮਾਜਿਕ ਵਿਸ਼ਿਆਂ ਤੇ ਗੱਲ ਜ਼ਰੂਰ ਕਰੀਏ ਸੈンスਰਾਂ ਜਾਰੀ ਰਹੇਗਾ ਫਿਲਹਾਲ ਮੈਨੂੰ ਦਿਓ ਆਗਿਆ ਧੰਨਵਾਦ